सब एक हो जाओ, आजादी का दीप जलाओ। ये अमेरिका दी नहीं बर्दाश्त करेंगे, ये इन्हां दी पॉलिसी है। फिर मैं इन्हां ब्राह्मण लोगों नूं पुछदा है, जे बाइलैटरलिज्म तुहाडी पॉलिसी है फिर दरबार साहब के उत्ते ट्राई लैटरल फौजी हमजा क्यों किया? सोवियत रूस बरतानिया ते इंडिया ने तीन, जे तुहाडी पॉलिसी ओ दो है ते तीजा फिर तुसी कित्थों मिला लिया? कि सिखां दे लई इन्हां नूं तीन न्यूकलीयर पावर्स चाहीदियां सीगियां साडे उत्ते हमला करन दे लई। ਇਹ ਤੁਸੀਂ ਦੇਖ ਲਓ ਕਿੰਨੀ ਸਾਡੇ ਨਾਲ ਬੇਇਨਸਾਫੀ ਹੈ। ਔਰ ਫਿਰ ਜਿੰਨੀਆਂ ਵੀ ਅੰਗਰੇਜ਼ੀ ਦੀਆਂ ਪਾਰਟੀਆਂ, ਅੰਗਰੇਜ਼ੀ ਦੀਆਂ ਅਖਬਾਰਾਂ, ਟ੍ਰਿਬਿਊਨ ਲੈ ਲਓ, ਹਿੰਦੁਸਤਾਨ ਟਾਈਮਸ ਲੈ ਲਓ, ਇੰਡੀਅਨ ਐਕਸਪ੍ਰੈਸ ਲੈ ਲਓ, ਟਾਈਮਸ ਆਫ ਇੰਡੀਆ ਲੈ ਲਓ, ਇਹਨਾਂ ਨੇ ਹੁਣ ਅੱਗੇ ਸਿੰਘ ਲਾਉਣਾ ਉਹ ਹਟਾਤੇ ਹੈ। ਕਹਿੰਦੇ ਆ ਮਨਿੰਦਰ, ਕਹਿੰਦੇ ਆ ਸੁਖਬੀਰ। ਜਿੰਨਾ ਚਿਰ ਸਿੱਖ ਦੇ ਅੱਗੇ ਸਿੰਘ ਨਹੀਂ ਲੱਗੂਗਾ ਤਾਂ ਫਿਰ ਸਾਨੂੰ ਆਪਣੇ ਮਜ਼ਹਬ ਦੇ ਵਿੱਚ ਇਹ ਮਿਲਾਉਣ ਦੀ ਪੂਰੇ ਯਤਨ ਨੇ। ਤਦੇ ਸਾਡੇ ਅੱਜ ਦੇ ਮੁੱਖ ਮੇਸ਼ਰਾਮ ਜੀ ਅਤੇ ਮੇਰਾ ਬਿਆਨ ਨਹੀਂ ਹੋਊਗਾ ਅਖਬਾਰਾਂ 'ਚ, ਕਿਉਂ ਕਰਕੇ ਅਸੀਂ ਬੁੱਝ ਚੁੱਕੇ ਹਾਂ ਕਿ ਇਹ ਲੋਕ ਗਰਦਾਰ ਨੇ। ਜਿੰਨਾ ਚਿਰ ਤੁਸੀਂ ਇਹਨਾਂ ਦੀ ਗਰਦਾਰੀ ਨੂੰ, ਇਹਨਾਂ ਨੂੰ ਕਬੂਲ ਨਹੀਂ ਕਰੋਗੇ, ਇਹਨਾਂ ਨੇ ਉਸੇ ਰਾਹ ਦੇ ਉੱਤੇ ਚੱਲਦੇ ਰਹਿਣਾ, ਸਾਨੂੰ ਇਨਸਾਫ ਨਹੀਂ ਦੇਣਾ। ਹੁਣ ਯੂਨਾਈਟਿਡ ਨੇਸ਼ਨਸ ਨੇ ਇੱਕ ਸੰਧੀ ਬਣਾਈ ਹੈ ਅਪਾਰਟਹਾਈਡ ਦੇ ਖਿਲਾਫ, ਕਿ ਜਿਹੜੀ ਹੁਣੇ ਮੇਰੇ ਨਾਲ ਗੱਲਬਾਤ ਥੱਲੇ ਕਰ ਰਹੇ ਸੀਗੇ ਮੇਸ਼ਰਾਮ ਜੀ, ਨਸਲੀ ਅਪਾਰਟਹਾਈਡ, ਨਸਲੀ ਫਿਰਕਾ ਪ੍ਰਸਤੀ। ਇੰਡੀਆ ਨੇ UN ਟ੍ਰੀਟੀ ਦੇ ਉੱਤੇ ਅਪਾਰਟਹਾਈਡ ਦੇ ਉੱਤੇ ਦਸਤਖਤ ਨਹੀਂ ਕੀਤੇ। ਕਿਉਂ ਨਹੀਂ ਕੀਤੇ? ਕਿਉਂ ਕਰਕੇ ਇਹਨਾਂ ਨੇ ਜ਼ੁਲਮ ਕਰਨਾ ਮੂਲ ਵਾਸੀਆਂ ਦੇ ਉੱਤੇ, ਗਰੀਬਾਂ 'ਤੇ, ਕੁਚਲਿਆਂ 'ਤੇ ਅਤੇ ਘੱਟ ਗਿਣਤੀਆਂ ਦੇ ਉੱਤੇ। ਹੁਣ ਜੀ ਡਰਵਿਡੀਅਨ ਸਾਡੇ ਭਰਾ ਹੈ ਅਸਲੀ ਇੱਥੋਂ ਦੇ ਬਸਿੰਦੇ, ਫੇਸ ਡਰਵਿਡੀਅਨ ਨੇ ਸੋਚਿਆ ਕਿ ਸ਼੍ਰੀਲੰਕਾ ਦੇ ਵਿੱਚ ਅਸੀਂ ਆਪਣੇ ਆਪ ਦੇ ਲਈ ਤਾਕਤ ਮੰਗੀਏ ਸਿਆਸਤ ਦੇ ਵਿੱਚ, ਜਿਹਦੇ ਨਾਲ ਸਾਡਾ ਕੱਦ ਕਾਠ ਉੱਚਾ ਹੋਵੇ। ਪਰ ਤੁਹਾਨੂੰ ਪਤਾ ਹੈ ਕਿ ਰਾਜੀਵ ਗਾਂਧੀ ਨੇ, ਚਿਦੰਬਰਮ ਬ੍ਰਾਹਮਣ ਨੇ ਅਤੇ ਸਾਰਿਆਂ ਨੇ ਮਿਲ ਕੇ ਇੰਡੀਆ ਦੀ ਫੌਜ ਉੱਥੇ ਡਰਵਿਡੀਅਨ ਮੂਲ ਵਾਸੀਆਂ ਨੂੰ ਦਬਾਉਣ ਦੇ ਲਈ ਉੱਥੇ ਭੇਜੀ। ਜੋ ਉੱਥੇ ਨਸਲਕਸ਼ੀ, ਉਸ ਤੋਂ ਬਾਅਦ ਉਹ ਡਰਵਿਡੀਅਨ ਲੋਕਾਂ ਦੀ ਲਿਖ ਦੀ ਹੋਈ ਹੈ, ਉਹਦੇ ਲਈ ਬਿਲਕੁਲ ਇੰਡੀਆ ਜ਼ਿੰਮੇਵਾਰ ਹੈ। ਜਦਕਿ ਸਾਰੇ ਡਰਦੇ ਹੈ ਇਹ ਚੀਜ਼ ਕਹਿਣ ਨੂੰ। ਅੱਛਾ ਹੁਣ ਝੰਡਾ ਲੈ ਲਓ, ਉੱਤੇ ਕਿਹੜਾ ਰੰਗ ਹੈ? ਭਗਵਾਂ। ਇਹ ਕਿਹਦਾ? ਬ੍ਰਾਹਮਣਵਾਦ ਦਾ। ਵਿਚਾਲੇ ਕਿਹੜਾ? ਜੈਨੀਆਂ ਦਾ। ਚਿੱਟਾ ਚੱਕਰ ਹੈਗਾ ਬੁੱਧ ਧਰਮ ਦਾ, ਬੜੀ ਅੱਛੀ ਗੱਲ ਹੈ ਜੈਨੀਆਂ ਨੂੰ। ਹਰਾ ਹੈਗਾ ਮੁਸਲਮਾਨਾਂ ਦਾ। ਜੇ ਉਹ ਕੌਮੀ ਝੰਡਾ ਹੈ, ਤੁਸੀਂ ਇੱਥੇ ਸਿਆਣੇ ਬੈਠੇ ਹੋ,
ਉਹਦੇ ਵਿੱਚ ਸਿੱਖਾਂ ਦਾ ਕਿਹੜਾ ਰੰਗ ਹੈ ਦੱਸ ਲਓ ਮੈਨੂੰ, ਬੋਲੋ। ਮੈਂ ਤਾਂ ਪਾਰਲੀਮੈਂਟ 'ਚ ਵੀ ਕਿਹਾ ਕਿ ਤੁਸੀਂ ਸਾਨੂੰ ਦੱਸੋ, ਝੰਡਾ ਹੋਵੇ ਤੁਹਾਡਾ ਅਤੇ ਮਰਨ ਸਿੱਖ ਅਤੇ ਮੂਲ ਵਾਸੀ, ਅਤੇ ਤੁਸੀਂ ਸਾਡਾ ਰੰਗ ਹੀ ਨਹੀਂ ਪਾਇਆ ਵਿੱਚ। ਹੁਣ ਦੋ ਤਰ੍ਹਾਂ ਦੀਆਂ ਫੌਜੀਆਂ ਹੈ ਇੰਡੀਅਨ ਆਰਮੀ ਦੇ ਵਿੱਚ, ਇੱਕ ਤਾਂ ਸਿੱਖ ਪਲਟਣਾ ਹੈਗੀ ਹੈ, ਦੂਜੀਆਂ ਹੈਗੀਆਂ ਸਿੱਖ ਐੱਲ ਆਈ। ਹੁਣ ਜਿਹੜੀ ਐੱਲ ਆਈ ਹੈ ਉਹ ਹੈਗੀ ਹੈ ਮੂਲ ਵਾਸੀ ਸਿੱਖਾਂ ਦੀ। ਉਹ ਕਹਿੰਦੇ ਹੈ ਕਿ ਜੇ ਅਸੀਂ ਸਿੱਖ ਹੈ, ਸਾਡੇ ਅੱਗੇ ਤੁਸੀਂ ਇਹ ਕਿਉਂ ਲਾਉਂਦੇ ਹੋ ਕਿ ਅਸੀਂ ਦਲਿਤ ਜਾਂ ਹੋਰ ਚੀਜ਼ ਹੈਗੇ ਹਾਂ। ਜਦੋਂ ਸਿੱਖ ਮਜ਼ਹਬ ਵਿੱਚ ਜਾਤ ਪਾਤ ਖਤਮ ਕਰਤੀ ਹੈ ਤਾਂ ਸਾਡੀ ਸਿੱਖ ਰੈਜੀਮੈਂਟ ਦੇ ਵਿੱਚ ਸਾਨੂੰ ਜਾਤ ਦੇ ਆਧਾਰ ਦੇ ਉੱਤੇ ਕਿਉਂ ਕਿਹਾ ਜਾਂਦਾ? ਸੋ ਭਰਾਵੋ ਬੀਬੀਓ, ਇਹ ਸਾਰੀਆਂ ਗੱਲਾਂ ਹੈਗੀਆਂ ਅਤੇ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਸਾਡੇ ਸਦੇ ਹੋਏ ਲੋਕ ਇਹ ਬ੍ਰਾਹਮਣਵਾਦ ਤੋਂ ਪੀੜਤ, ਇਹ ਮੋਤੀ ਸੋਤੀ ਬੇਸ਼ੱਕ ਕਿਸੇ ਦੇ ਹੋਣ ਪਰ ਵਿੱਚੋਂ ਇਹਨਾਂ ਦੇ ਵਿੱਚੋਂ ਬ੍ਰਾਹਮਣਵਾਦ ਨਿਕਲੇ ਹੈ। ਮੁਸਲਮਾਨਾਂ ਨੂੰ ਮਾਰੀ ਜਾਂਦੀ ਹੈ, 2000 ਮੁਸਲਮਾਨ ਗੁਜਰਾਤ ਦੇ ਵਿੱਚ ਮੋਦੀ ਦੇ ਮਾਰੇ ਗਏ ਚੀਫ ਮਿਨਿਸਟਰ ਸੀਗਾ, 7000 ਸਿੱਖ ਜਿਮੀਦਾਰ ਜਿਨ੍ਹਾਂ ਦੀਆਂ ਜਾਇਦਾਦਾਂ ਸੀਗੀਆਂ ਕਾਨੂੰਨੀ ਤੌਰ 'ਤੇ ਗੁਜਰਾਤ ਦੇ ਵਿੱਚ 2003 ਵਿੱਚ ਬੇਦਖਲ ਅਤੇ ਗੁਜਰਾਤ ਤੋਂ ਬਾਅਦ ਕਸ਼ਮੀਰ ਦੇ ਵਿੱਚ ਕੀ ਹੋ ਰਿਹਾ? ਫੌਜ ਨੂੰ ਕਿਹਾ ਜਿਹਦੇ 'ਤੇ ਤੁਸੀਂ ਗੋਲੀ ਚਲਾਓਗੇ, ਜਿਹਦੇ 'ਤੇ ਜਬਰ ਜਨਾਹ ਕਰੋਗੇ, ਜਿਹਨੂੰ ਤੁਸੀਂ ਟੋਰਚਰ ਤਸੀਹੇ ਦਿਓਗੇ, ਜਿਸ ਨੂੰ ਤੁਸੀਂ ਫੜ ਕੇ ਕਿਤੇ ਹੋਰ ਭੇਜ ਦਿਓਗੇ, ਮਾਂ ਪਿਓ ਨੂੰ ਪਤਾ ਹੀ ਨਾ ਹੋਊਗਾ, ਡਿਸਅਪੀਅਰੈਂਸ ਹੈ। ਉੱਥੇ ਕਾਨੂੰਨ ਲਾਗੂ ਕੀਤਾ ਹੈ, ਸਪੈਸ਼ਲ ਆਰਮੀ ਐਕਟ, ਜਿਹੜਾ ਕਹਿੰਦਾ ਜੋ ਮਰਜ਼ੀ ਫੌਜ ਕਰ ਲਏ ਉਹ ਜੁਰਮ FIR ਬਣ ਸਕਦਾ ਹੈ। ਅਤੇ ਜਿਹੜਾ ਅੰਬੇਦਕਰ ਸਾਹਿਬ ਨੇ ਸੰਵਿਧਾਨ ਬਣਾਇਆ ਆਰਟੀਕਲ 21, ਉਹਨਾਂ ਨੂੰ ਪਤਾ ਸੀ ਕੀ ਹੋਊਗਾ? ਆਰਟੀਕਲ 21 ਦੇ ਵਿੱਚ ਕਿਹਾ ਕਿ ਕੋਈ ਵੀ ਆਦਮੀ ਕੋਈ ਵੀ ਆਦਮੀ ਜਾਂ ਬੀਬੀ ਉਹਦੇ ਹੱਕ ਆਜ਼ਾਦੀ ਦੇ ਅਤੇ ਉਹਦੇ ਹੱਕ ਜਿਉਣ ਦੇ ਜਿੰਨਾ ਚਿਰ ਪ੍ਰਣਾਲੀ ਦੇ ਵਿੱਚੋਂ ਅਦਾਲਤਾਂ ਦੇ ਵਿੱਚੋਂ ਕੇਸ ਨਹੀਂ ਨਿਕਲਦਾ ਉਨਾ ਚਿਰ ਤੁਸੀਂ ਉਹਨਾਂ ਨੂੰ ਮੌਤ ਦਾ ਦੰਡ ਨਹੀਂ ਦੇ ਸਕਦੇ। ਪਰ ਸੰਵਿਧਾਨ ਦੇ ਖਿਲਾਫ ਉੱਥੇ ਮਾਰੀ ਤਾਰੀ ਜਾਂਦੀ ਹੈ। ਸਾਡਾ ਨਵਾਂ ਚੀਫ ਮਿਨਿਸਟਰ ਸਾਹਿਬ ਬਣਿਆ, ਚਲੋ ਪ੍ਰਾਈਮ ਮਿਨਿਸਟਰ ਮੋਦੀ ਨੂੰ ਤਾਂ ਮਿਲਣੇ ਸੀ, ਜਿਹੜਾ ਜ਼ਾਲਮ ਆਦਮੀ ਹੈ। ਉਸ ਤੋਂ ਬਾਅਦ KPS ਗੇਲ ਜਿਹਨੇ ਹਜ਼ਾਰਾਂ ਸਿੱਖਾਂ ਨੂੰ ਮਾਤਾ ਦੁਰਗਿਆ ਮੰਦਰ ਦੇ ਸ਼ਮਸ਼ਾਨ ਘਾਟ ਜਲਾ ਦਿੱਤੀਆਂ, ਉਹਨੂੰ ਮਿਲਣ ਦਾ ਕੀ ਕਾਰਨ ਸੀ? ਕਿ ਜੇ ਸਿੱਖ ਇੱਥੇ ਆਪਣੀ ਆਜ਼ਾਦੀ ਦੀ ਆਪਣੇ ਹੱਕਾਂ ਦੀ ਗੱਲ ਕਰਾਂਗੇ ਤਾਂ ਇਹ ਵੀ ਕਾਂਗਰਸ ਸਰਕਾਰ ਉਸੇ ਤਰ੍ਹਾਂ ਕਰੂਗੀ ਜਿਵੇਂ ਬਾਦਲ ਨੇ ਕੀਤਾ, ਬੇਅੰਤ ਸਿੰਘ ਨੇ, ਦਰਬਾਰਾ ਸਿੰਘ ਨੇ। ਸੋ ਇਹਦੇ ਲਈ ਆਪਾਂ ਸਾਰਿਆਂ ਨੂੰ ਤਿਆਰ ਹੋਣਾ ਪਊਗਾ, ਮੂਲ ਵਾਸੀਆਂ ਨੂੰ, ਸਾਨੂੰ ਸਾਰਿਆਂ ਨੂੰ। ਸੋ ਮੈਂ ਸਮਝਦਾ ਕਿ ਅੱਜ ਜਿਹੜੀ ਮੁਕਤੀ ਮੋਰਚੇ ਨੇ ਮੀਟਿੰਗ ਕੀਤੀ ਹੈ ਇਹ ਬਹੁਤ ਤਕੜੀ ਮੀਟਿੰਗ ਹੈ ਅਤੇ ਅਸੀਂ ਇਹਨਾਂ ਨੂੰ ਕੇਸੀ ਰਾਮ ਸਾਹਿਬ ਨੂੰ ਵਿਸ਼ਵਾਸ ਦਵਾਉਂਦੇ ਹਾਂ ਕਿ ਜਿਹੜੀ ਜ਼ੁਲਮ ਖਿਲਾਫ ਲੜੇ ਅਸੀਂ ਤੁਹਾਡੇ ਨਾਲ ਚੱਲਾਂਗੇ।
ਸ਼ੇਸ਼।